ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਤੇ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਗੁਰਾਇਆਂ ਦੀ ਪੁਲਿਸ ਨੇ ਇੱਕ ਟਰੱਕ ਵਿੱਚੋਂ ਡੋਡੇ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਥਾਣਾ ਗੁਰਾਇਆਂ ਦੇ SI ਕੁਲਵੰਤ ਸਿੰਘ ਅਤੇ ਚੌਂਕੀ ਇੰਚਾਰਜ ਤੁਲੇਤਾ ASI ਸੁਖਵਿੰਦਰਪਾਲ ਨੇ ਗਸ਼ਤ ਦੌਰਾਨ ਸ਼ਮਸ਼ਾਨ ਘਾਟ ਪਿੰਡ ਚੱਕ ਦੇਸਰਾਜ ਤੋਂ ਟਰੱਕ ਨੰਬਰ JK04-3143 ਨੂੰ ਚੈੱਕ ਕਰਨ ਤੇ ਉਸਦੀ ਪਿਛਲੀ ਬਾਡੀ ਵਿੱਚ ਅਲੱਗ ਬਣੇ ਕੈਬਨ ਵਿੱਚੋਂ ਖਿਲਰੇ ਹੋਏ ਡੋਡੇ ਚੂਰਾ ਪੋਸਤ ਬਰਾਮਦ ਕੀਤੇ, ਜਿਨ੍ਹਾਂ ਦਾ ਵਜ਼ਨ ਕਰਨ ਤੇ ਕੁੱਲ 5 ਕਿਲੋ ਡੋਡੇ ਚੂਰਾ ਪੋਸਤ ਬਰਾਮਦ ਹੋਏ। ਟਰੱਕ ਦੇ ਨਾਲ ਖੜੇ 3 ਅਣਪਛਾਤੇ ਵਿਅਕਤੀ ਮੌਕੇ ਤੇ ਪੁਲਿਸ ਪਾਰਟੀ ਨੂੰ ਦੇਖ ਕੇ ਟਰੱਕ ਅਤੇ ਮੋਟਰਸਾਈਕਲ ਛੱਡ ਕੇ ਭੱਜ ਗਏ, ਜਿਨ੍ਹਾਂ ਤੇ ਬਣਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹਦੇ ਵਿੱਚ ਜਿਹੜੇ ਵੱਖਰਾ ਇੱਕ ਕੈਮਰ ਬਣਿਆ ਹੋਇਆ ਉਹਦੇ ਵਿੱਚ ਡੋਡੇ ਸੀ ਜਿਹੜੇ ਕਿ ਬੰਦੇ ਉਹਨੂੰ ਉਤਾਰ ਰਹੇ ਸੀ, ਅਤੇ ਜਦੋਂ ਉਹਨਾਂ ਨੇ ਸਾਡੀ ਗੱਡੀ ਦੇਖੀ ਤਾਂ ਉਹ ਬੰਦੇ ਤਾਂ ਗਏ ਭੱਜ, ਪਰ ਸਾਡੇ ਕੋਲੋਂ ਜਿਹੜੇ ਅਸੀਂ ਉਹਨਾਂ ਕੋਲੋਂ ਡੋਡੇ ਜਿਹੜੇ 5 ਕਿਲੋ ਰਿਕਵਰ ਕਰ ਲਏ ਆ। ਬਾਕੀ ਜਿਹੜੇ ਆ ਤਫਤੀਸ਼ ਤੋਂ ਅੱਗੇ ਜਿਹੜੇ ਉਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗੂਗਾ ਇਹਦੇ ਵਿੱਚ ਕਿੰਨੇ ਡੋਡੇ ਸੀ ਅਤੇ ਕਿਹੜਾ ਕਿਹੜਾ ਬੰਦਾ ਸੀ। ਨਾ ਕੋਲੋਂ ਬੰਦੇ ਸੀਗੇ ਜਿਹੜੇ ਦੌੜ ਗਏ, ਉਹਨਾਂ ਦਾ ਅਸੀਂ ਇੱਕ ਟਰੱਕ ਅਤੇ ਇੱਕ ਪਲਸਰ ਮੋਟਰਸਾਈਕਲ ਉਹਨਾਂ ਕੋਲੋਂ ਰਿਕਵਰ ਕਰ ਲਿਆ। ਜਿਹੜਾ ਟਰੱਕ ਹੈ ਜੀ ਉਹ ਸ਼ਨਾਖਤ ਹੋਈ ਹੈ, ਉਹ ਟਰੱਕ ਜਿਹੜਾ ਆ ਉਹ ਜੰਮੂ ਕਸ਼ਮੀਰ ਦਾ ਹੈਗਾ, ਉਹਦਾ ਨੰਬਰ ਹੈਗਾ JK04-3143। ਉਹਦੀ ਹੁਣ ਅਸੀਂ ਅੱਗੇ ਜਿਹੜੀ ਆ ਉਹਦਾ ਡਿਟੇਲ ਲੈ ਕੇ ਅਤੇ ਅਗਲੀ ਜਿਹੜੀ ਵੀ ਕਾਰਵਾਈ ਆ ਉਹ ਅਮਲ ਵਿੱਚ ਲਿਆ। ਅਤੇ ਜਿਹੜਾ ਪਲਸਰ ਮੋਟਰਸਾਈਕਲ ਆ ਜੀ ਉਹ ਕਿੱਥੇ? ਉਹ ਪਲਸਰ ਦਾ ਵੀ ਜਿਹੜਾ ਅਸੀਂ DTO ਦਫ਼ਤਰ ਚਿੱਠੀ ਲਿਖੀ ਹੈ ਉਹਦੇ ਵਿੱਚ ਜਿਹਦਾ ਵੀ ਉਹ ਐਡਰੈਸ ਨਿਕਲਿਆ, ਕਿਉਂਕਿ ਬਿਨਾਂ ਨੰਬਰ ਹੀ ਹੈਗਾ, ਜਦੋਂ ਵੀ ਉਹਦਾ ਐਡਰੈਸ ਜਿਹੜਾ ਨਿਕਲਿਆ ਉਹ 'ਤੇ ਉਹ ਬੰਦਾ ਐਕਸ਼ਨ ਕੀਤਾ। ਸ਼ਮਸ਼ਾਨ ਘਰ ਦੇ ਅੰਦਰ ਖੜਾ ਸੀਗਾ ਅਤੇ ਸ਼ਮਸ਼ਾਨ ਘਰ ਦੇ ਗੇਟ 'ਤੇ ਜਿਹੜਾ ਟਰੱਕ ਖੜਾ ਸੀਗਾ।